गुर के सेवा करूं दिन रात, गुर की सेवा करूं दिन रात, करो कृपा गुर की सेवा करूं दिन रात, गुर की सेवा करूं दिन रात, सुख सहज मन आवे शांत, सुख सहज मन आवे शांत, गुर की सेवा करूं श्रेष्ठ को देदार, सगल श्रेष्ठ को देदार, गुर के चरण कमल मन जाए, दुख दर्द इस तन दे जाए, दुख दर्द इस तन दे जाए, इस तन दे जाए, इस तन दे जाए, गुर की सेवा करो दिन रात, गुर की सेवा करो दिन रात, सुख सहज मन आवे जात, सुख सहज पव जल डूबत सतगुर का, जन्म जन्म का टूटा गाढ़ है, जन्म जन्म का टूटा गाढ़ है, Thank you.
गुर की सेवा करो दिन रात, सुख सहज मन आवे शांत, सुख सहज मन आवे शांत, मन आवे शांत, मन आवे सतगुरु की सेन बट पाकी पावे, नानक गुर को सत बल जावे, नानक गुर को सत बल जावे, सतगुर की देन बड पाकी पाए, नानक गुर को सत बल जावे, नानक गुर को सत बल जावे, सत बल जावे, सत बल जावे, गुरु की सेवा करो दिन रात, और सत्कार जो पूर्ण सतगुरु शब्द गुरु, शब्द गुरु पीरा गहर गंभीरा, बिन शब्द जग बारा नहीं, शब्द गुरु परफेक्ट गुरु, गुरु ग्रंथ साहब इज अवर परफेक्ट गुरु, इट इज अवर ड्यूटी टू फॉलो द इंस्ट्रक्शन ऑफ गुरु, गुरु इज गुरु ग्रंथ साहब। धन बाबा नंद सिंह जी महाराज पूर्ण ब्रह्म ज्ञानी, ब्रह्म ज्ञानी आप पेशर, उन्होंने इस संगत गुरुआ के गुरु जिन्होंने
ਲਗਾਤਾਰ ਕਈ ਦਿਨ ਤੋਂ ਅਸੀਂ ਉਸਦਾ ਨਿੱਘਾ ਆਨੰਦ ਮਾਣ ਰਹੇ ਹਾਂ। ਗੁਰੂ ਕੇ ਪਿਆਰੇ ਸ਼ਬਦ ਪੜ੍ਹ ਰਹੇ ਸਨ, ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸਿਸ਼ਟ ਗੁਰ ਕੇ ਚਰਨ ਕਮਲ ਮਨ ਧਿਆਏ, ਗੁਰ ਕੇ ਚਰਨ ਕਮਲ ਮਨ ਧਿਆਓ, ਦੁਖ ਦੁਖ ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ, ਅਭਜਲ ਡੂਬ ਸਤਿਗੁਰ ਕੱਢ ਹੈ, ਜਨਮ ਜਨਮ ਕੱਢ ਟੁੱਟਾ ਗੱਢ ਹੈ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੈ ਸ਼ਾਂਤ। ਸੇਵਾ ਗੁਰ ਸੇਵਾ ਗੁਰ ਸ਼ਬਦ ਵਿਚਾਰ ਓਮੈ ਮਾਰੇ ਕਰਨੇ ਸਾ। ਇੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਨੂੰ ਪ੍ਰੇਰਦੇ ਨੇ, ਆਪਣਾ ਗੁਰੂ ਤੇ ਆਏ ਮਿਲ ਕੁਸ਼ਲ ਸੇਜੀ ਕਰੇ ਆਏ, ਨਾਮੈ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਈ, ਸੰਤ ਹੋ ਹਰ 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 ਅਰਾਧ ਹੋ ਹਰ ਅਰਾਧ ਸਭੋ ਕੁਛ ਪਾਈ ਹੈ ਕਾਰਜ ਸਗਲੇ ਸਾਧੋ। ਜਿੱਥੇ ਸੇਵਾ ਦੀ ਜ਼ਿੰਦਗੀ ਦੇ ਦੋ ਅੰਗ ਨੇ ਗੁਰੂ ਕੀ ਸਾਥ, ਇੱਕ ਸਿਮਰਨ ਇੱਕ ਸੇਵਾ, ਜਿਵੇਂ ਪੰਛੀ ਦੇ ਦੋ ਵਿੰਗ ਨੇ ਅਤੇ ਉਹ ਨਾ ਇੱਕ ਵੀ ਨਾ ਹੋਵੇ ਤਾਂ ਵੀ ਨਕਾਰਾ, ਜੇ ਬਿਲਕੁਲ ਹੋਣ ਤਾਂ ਬਿਲਕੁਲ ਨਕਾਰਾ ਹੋ ਜਾਂਦਾ। ਜਹਾਜ਼ ਦੇ ਵੀ ਵਿੰਗ ਨੇ, ਉਹਨਾਂ 'ਚ ਨਾ ਹੋਵੇ ਤਾਂ ਗੁਰੂ ਕੀ ਸਾਧ ਉੱਥੇ ਉਡਾਨ ਨਹੀਂ ਭਰਦਾ। ਇੱਦਾਂ ਹੀ ਜੀਵਨ ਹੈ ਸਾਡਾ, ਸਾਡੇ ਕੋਲ ਜੋ ਸਿਮਰਨ ਨਹੀਂ ਹੈ, ਸੇਵਾ ਨਹੀਂ ਹੈ, ਅਸੀਂ ਦਰਸ਼ਨ ਨਹੀਂ ਕਰਦੇ। ਅਤ ਸੁੰਦਰ ਕੁਨੀਨ ਚਤਰ ਨੁਕ ਗਿਆਨੀ ਧਨਵੰਤ, ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਆਤ ਦਾ ਸੋਹਣਾ ਬੰਦਾ ਹੋਵੇ ਐਕਸਟ੍ਰੀਮ ਗੁਰੂ ਕੀ ਸਾਥ। ਅਤ ਸੁੰਦਰ ਕੁਲੀਨ ਉੱਚੀ ਕੁਲ ਦਾ ਮਾਲਕ ਵੀ ਹੋਵੇ, ਕਿ ਮੈਂ ਜੱਟ ਹੈ, ਮੈਂ ਰਾਮਗੜੀਆ, ਮੈਂ ਖੱਤਰੀ ਹਾਂ, ਮੈਂ ਇਸ ਚੀਜ਼ ਦੀ ਉੱਚੀ ਕੁਲ ਕਿਹਦੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੋਇਆ ਕੇਵਲ ਅਤੇ ਕੇਵਲ ਗੁਰੂ ਸ਼ਬਦ ਨੂੰ ਉਚਾਰਨ ਕਰਦਾ, ਗੁਰੂ ਵਾਲਾ ਬਣ ਕੇ ਗੁਰੂ ਕੀ ਬਾਣੀ ਪੜ੍ਹਦਾ ਹੈ, ਅੰਮ੍ਰਿਤ ਵੇਲੇ ਜਾਗਦਾ, ਨਾਮ ਜਪਦਾ, ਬਾਣੀ ਪੜ੍ਹਦਾ, ਸੇਵਾ ਕਰਦਾ, ਦਰਸ਼ਨ ਕਰਦਾ, ਪਰ ਮਨ ਦੀ ਮੱਤ ਹੰਕਾਰ ਉੱਥੇ ਮੈਂ ਨਹੀਂ ਹੁੰਦੀ ਜਿੱਥੇ ਤੂੰ ਦੀ ਅਵਸਥਾ ਹੈ। ਸ਼ਬਦ ਕੇਵਲ ਇਹ ਸ਼ਬਦ ਹਜ਼ਾਰੋ ਦੀਪਾਂ, ਜਿੱਥੇ ਅੰਧੇਰਾ ਹੋਵੇ ਉੱਥੇ ਜਦੋਂ ਲਾਈਟ ਆ ਜਾਂਦੀ ਹੈ ਉੱਥੇ ਫਿਰ ਅੰਧੇਰਾ ਨਹੀਂ ਰਹਿੰਦਾ। ਜਿੱਥੇ ਗੁਰਬਾਣੀ ਗੁਰਸ਼ਬਦ ਉਪਦੇਸ਼ ਦਾ ਪ੍ਰਕਾਸ਼ ਹੋ ਜਾਂਦਾ ਉੱਥੇ ਹਉਮੈ ਨਹੀਂ ਰਹਿੰਦੀ, ਉੱਥੇ ਆਪਣਾ ਪਰਾਇਆ ਨਹੀਂ ਰਹਿੰਦਾ, ਉੱਥੇ ਸਾਡੀ ਸਤਸੰਗਤ ਸਾਡੇ ਗੁਰਸਿੱਖ ਨਹੀਂ ਮਿਟ ਜਾਂਦੇ, ਅਕਾਲ ਪੁਰਖ ਦੇ ਹੋ ਜਾਂਦੇ, ਉੱਥੇ ਸਭ ਕੁਝ ਜਾਂਦਾ, ਹਉਮੈ ਹੰਕਾਰ ਨਹੀਂ ਰਹਿੰਦੇ। ਗੁਰਸੇਵਾ ਗੁਰਸ਼ਬਦ ਵਿਚਾਰ, ਸਭ ਤੋਂ ਉੱਚੀ ਸੇਵਾ ਸ਼ਬਦ ਦੀ ਵਿਚਾਰ ਕਰਕੇ ਨਾਮ ਦੀ ਕਮਾਈ ਕਰਨੀ, ਬਾਣੀ ਪੜ੍ਹਨੀ, ਕਿਉਂਕਿ ਬਾਣੀ ਹੈ ਸਤਿਗੁਰੂ ਗੁਰਪੂਰੇ ਕੀ ਬਾਣੀ, ਆਪ ਸੁਣੀ ਤਾਂ ਆਪ ਵਿਖਾਣੀ, ਇਹ ਬਾਣੀ ਪੂਰੇ ਗੁਰੂ ਦੀ। ਨਾਨਕ ਗੁਰੂ ਗੁਰੂ ਹੈ ਪੂਰਾ, ਗੁਰੂ ਗ੍ਰੰਥ ਸਾਹਿਬ ਪਰਫੈਕਟ ਗੁਰੂ। ਸਤਿਗੁਰੂ ਜੀ ਕਹਿੰਦੇ ਗੁਰਪੂਰੇ ਕੀ ਬਾਣੀ ਹੈ, ਤੁਰੋਂ ਆਈ ਬਾਣੀ, ਅਲਾਹੀ ਬਾਣੀ, ਰੱਬੀ ਬਾਣੀ, ਪੂਰੇ ਗੁਰੂ ਦੀ ਬਾਣੀ, ਗੁਰਪੂਰੇ ਬਾਣੀ, ਆਪ ਸੁਣੀ ਤਾਂ ਆਪ ਵਿਖਾਣੀ, ਜਿਨ ਜਿਨ ਜਪੀ ਤਈ ਸਭ ਨਿਸਤਾਰੇ, ਜਿਨ੍ਹਾਂ ਨੇ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਜਿਨ੍ਹਾਂ ਨੇ ਸੁਣਿਆ, ਕਿਉਂਕਿ ਜੀਵਨ ਜਿਹੜੀ ਲਾਈਫ ਹੈ, ਗੁਰੂ ਮਹਾਰਾਜ ਕਹਿੰਦੇ ਵਟ ਇਜ਼ ਦਾ ਟਾਰਗੇਟ ਆਫ ਲਾਈਫ, ਵਟ ਇਜ਼ ਦਾ ਓਬਜੈਕਟਿਵ ਆਫ ਲਾਈਫ, ਜ਼ਿੰਦਗੀ ਦਾ ਮਨੋਰਥ ਕੀ ਹੈ। ਡਾਟ ਈਟ ਟੂ ਡਰਿੰਕ ਐਂਡ ਮੈਰੀ, ਖਾ ਲਿਆ ਪੀ ਲਿਆ, ਮੌਜ ਮੇਲੇ ਕਰ ਲਏ, ਇਹ ਸੰਸਾਰ 'ਚ ਰਹਿਣਾ, ਇੰਜੋਏ ਕਰਨਾ, ਪਰ ਉਹ ਬਖਸ਼ਿਸ਼ ਤਾਂ ਹੋਏਗੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਹਨ, ਪੂਰਨ ਸਤਿਗੁਰ ਹਨ, ਜਿੰਨਾ ਚਿਰ ਉਹਨਾਂ ਦੇ ਉਪਦੇਸ਼ ਨੂੰ ਕਮਾਉਂਦਾ, ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਮਨਮਤ ਦਾ ਤਿਆਗ ਕਰਕੇ ਗੁਰਮਤ ਗੁਰਬਾਣੀ ਉਹਦੇ ਅਨੁਸਾਰ ਨਹੀਂ ਚੱਲਦਾ, ਵਿਕਾਰ ਜੀਵਨ ਹੈ ਮਾਰਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਉਹ ਸੋਹਣੇ, ਉਹਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਫਿਰ ਸੰਗਤ ਹਰ ਪੜ ਵਸੈ ਜੀ, ਜਿਹੜੇ ਗੁਰਮੁਖਾਂ ਦੀ ਜਿਹੜੇ ਸ਼ਬਦ ਨਾਲ ਲੀਨ ਨੇ, ਜਿਹੜੇ ਸ਼ਬਦ ਨਾਲ ਭੇਦ ਨੇ, ਜਿੱਦਾਂ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਵਰ ਸਿੰਘ ਜੀ ਮਹਾਰਾਜ, ਅਤੇ ਇਹ ਨਹੀਂ ਹੈ ਕਿ ਗੁਰੂ ਕਿਸ ਉਹ ਸ਼ਬਦ ਨਾਲ ਲੀਨ ਸਨ, ਉਹ ਸਰੀਰਾਂ ਨਾਲ ਨਹੀਂ ਸਨ ਜੁੜੇ, ਉਹ ਕੇਵਲ ਗੁਰ ਸ਼ਬਦ ਦੇ
आनंद विच सन 24 घंटे वो अपने शरीर नू नहीं सी पहचानदे उत्थे कोई स्वार्थ नहीं सी गुरमुख गुरसिख भी है जिन्हां दा ऑब्जेक्टिव संसार है स्वार्थ उत्ते वाहिगुरु नहीं सच्ची बह सकते ना संग जिन संग जपिए नाम उन्हां दे कोल बैठना सफल है जिन्हां दे कोवल केवल बाणी क्योंकि वाह वाह बाणी निरंकार है बाणी रब है गुरु की साधन इकले पेपर अंग नहीं हैं ये रब है परमेश्वर आप है वाह वाह बाणी निरंकार है जेवर अवर ना कोई मुकाबले कोई हो नहीं बाबा जी ने प्रताप सानू सारिआं नूं दसां पातशाह ने गुरु नानक साहब लैके यही उपदेश किया गुरु के सामने आप सुनी जिथे आप सुनिया तो आप बखाणी आप ही उच्चारण किया गुरबाणी ने जिन जिन जपी जिन्हें जिन्हें ने जपे उत्ते कोई ये नहीं है कि असी तुसी सारे जिन्होंने भी बाणी नूं सुनिया जिन्हें ने बाणी नूं जपिया ते ही सब निस्तर उतर गए तर जाणगे भावना अपनी अपनी गुरु महाराज सच्चे पाए जिन जिन जपी ते ही सब निस्तर नेचर पाया था नेचर सदा रहने वाला है सदा सतगुरु ने सतगुरु मेरा सदा सदा ना आवे ना जाए ओ अविनाशी पुरख कहते गुरु शब्द ये सदा रहना है शरीर ने चले जाना है शरीर तो उठ के केवल अकाल पुरख रूप वाणी नाल जुड़ना ही ऑब्जेक्टिव ऑफ लाइफ है थाई महाराज ने कहता अत सुंदर कुलीन चतर उच्ची कुल उच्ची जात मेरे नाम है सब नीच जात है बगैर नाम तो जड़ा जीव नाम नहीं जपता गुरु शब्द ना नहीं जुड़ता वो तो नीमा नीमी ज्यादा मालिक फिर होर दस बिस्ता के कीड़े हुए वो गंदगी दे कीड़े समान है अत सुंदर कुलीन चतर मुख ज्ञानी तनवंत ज्ञान मन है तो वर्ड नॉलेज फुली मारे कहते ने पर जे हमे अहंकार है हम शब्द पढ़ने वाला बंदा अहंकारी हो गुरु की साध संग एक ही हो गए ते हमें नामे नाल विरोध है एक गावत रहे मन साध ना पाए हमें बिच गाव्या बिरथा जाए कि मैं जब हम होते तब तू ना ही अब तू ही मैं ना ही जद असी हाँ कि मैं कर रहे सतगुरु ने सुल्तानपुर दे विच तेरा तेरा कह के गुरु किसान गुरु नानक साहब सच्चे पिता ने यह सानू सिखाया कि तू दा ते मैं दा मेल नहीं है तू है शब्द वाणी वाहिगुरु अकाल परमान जब हम होते तब तू ना ही अब तू ही मैं ना ही जदों मैं हाँ तो तू ने जदों तू है तो मैं नहीं ये बहुत जरूरी है गुरसिख की निशानी है गुरु पूजा प्यारे की निशानी जदों हमें दी जदों नफरत दी गुरु के साथ कि ज्ञानवान हो कि भी तपी जती हो जब अंदर बदबू है अहंकार दी मैं मेरी दी क्षमा करना गुरु के साथ उत्थे मेरा वाहिगुरु नहीं होगा ठीक है लोग तो बढ़ाइया कर सकते हैं लोग पतीने कछू ना हो गए लोगों को खुश कर देना मारे कहते कुछ ना ही राह में आना और मेरा अकाल पुरख मेरे सतगुरु मेरे गुरु ग्रंथ साहब पिता जी ये न्याणे नहीं आ जानते ने अगो पिछे सब कुछ समझते हैं सच्चे पाते साध सुनता साध देखता शब्द रहा पर देखता भी है सुनता भी है साडे हर चीज नो जानता भी है इस ओमनी प्रेजेंट ओमनी इंपोर्टेंट सारी जगह जर्रे जर्रे च मौजूद है रब रहा सब नहीं जाई ये तो भय और पहुंच रह के वो ज्ञानवान संत गुरमुख सारे नु संत संत दा सिमरन सिमरन सत्सा सिमरन तथा त्याग त्याग किसी का बुराइया का होमे का अहंकार का मैं मेरी का निंदा का उन्होंने रसना से केवल वाहेगुरु उन्होंने हिरदे च केवल वाहेगुरु उन्होंने नेत्र च केवल वाहेगुरु शब्द उत्थे दूजी थां आ ही नहीं सकते सिमरन ते त्याग क्योंकि गर्मी लगी हो गुरु के साथ ए सी का जो पक्के का त्याग कर सकते नहीं हाँ एक जरूर गल एक्सेस ऑफ एवरीथिंग इज बैड हर चीज की जात ही बुरी है सर्दी लगे हो कपड़े लोड़ीदे ने भुख लगी हो भोजन चाहिए है प्यास लगी हो जल चाहिए है पर नाल यही नहीं है कि वो इन्ना ज्यादा हो जाए
ਅੱਗ ਸੇਕਦਾ ਸੇਕਦਾ ਹੀਟਿੰਗ ਲੈਂਦਾ ਲੈਂਦਾ ਉਹਦੇ ਵਿੱਚ ਹੱਥ ਪਾ ਦੇ ਸੜ ਜਾਏਗਾ। ਪਰ ਜੇ ਅਨੁਸਾਰ ਜੀਵਨ ਦੇ ਤਿਆਗ ਤਾਂ ਤਿਆਗ ਤਿਆਗੀ ਸਨ ਮਹਾਂਪੁਰਸ਼ ਜਿਹਨਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ, ਉੱਥੇ ਕੋਈ ਬੁਰਾਈ ਨਹੀਂ ਸੀ, ਉੱਥੇ ਕੋਈ ਮੈਂ ਮੇਰੀ ਨਹੀਂ ਸੀ, ਉੱਥੇ ਕੋਈ ਆਪਣਾ ਪਰਾਇਆ ਨਹੀਂ ਸੀ, ਕੇਵਲ ਅਕਾਲ ਪੁਰਖ ਜਿਹਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ। ਉਹਨਾਂ ਨੇ ਇੰਨੀ ਸੇਵਾ ਕਮਾਈ ਗੁਰੂ ਕੇ ਸਾਥ ਗੁਰੂ ਗ੍ਰੰਥ ਸਾਹਿਬ, ਪ੍ਰਤੱਖ ਗੁਰੂ ਜਾਣ ਕੇ ਸੇਵਾ ਕਰਕੇ, ਬਲਕਿ ਪ੍ਰਤੱਖ ਗੁਰੂ ਪ੍ਰਤੱਖ ਗੁਰੂ ਦੇ ਬਚਨਾਂ ਨੂੰ ਕਮਾਇਆ। ਸਤਿਗੁਰੂ ਬਚਨ ਬਚਨ ਹੈ ਸਤਿਗੁਰ ਬਹਾਦਰ ਮੁਕਤ ਜਨਾਬ ਹੋ ਗਏ, ਉਹ ਬਚਨਾਂ ਨੂੰ ਕਮਾਇਆ ਕਮਾਇਆ। ਇਹੀ ਗੁਰਸਿੱਖ ਗੁਰਮੁਖਾਂ ਦਾ ਫਰਕ ਹੈ ਗੁਰੂ ਕੇ ਸਾਥ ਸਾਹਿਬ ਹੈ, ਸਾਰੇ ਅਸੀਂ ਇੱਕੋ ਜਾਏ। ਪਰ ਹਾਂ, ਸੋਚ ਜਿਹਨਾਂ ਦੀ ਉਸਾਰੂ ਹੈ, ਸੋਚ ਥਿੰਕਿੰਗ ਥੋਟ ਜਿਹਨਾਂ ਦੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਹਨ, ਉਹਨੂੰ ਫਲ ਜਿਹਦੇ ਵਰਜਿਤ ਕਰਮ ਨੇ, ਜਿਹਨਾਂ ਨੇ ਉਹਨਾਂ ਨੂੰ ਛੱਡਿਆ ਹੋਇਆ, ਜਿਹੜੇ ਕਰਨ ਵਾਲੇ ਕਰਮ ਉਹਨਾਂ ਨੂੰ ਅਪਣਾਇਆ ਹੋਇਆ, ਉਹ ਗੁਰਸਿੱਖ ਉਹ ਗੁਰਮੁਖ ਉਹ ਗੁਰ ਪਿਆਰੇ, ਫਿਰ ਜਾ ਕੇ ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੇ ਸ਼ਾਂਤ। ਸੇਵਾ ਕਿਹਾ ਦਿਨ ਰਾਤ, ਦਿਨ ਰਾਤ। ਦੂਜੇ ਪਾਸੇ ਕਿਹਾ ਦਿਨ ਰਾਤੀ ਅਰਾਧੋ ਪਿਆਰੇ, ਨਿਮਕ ਨਾ ਕੀਜਾ ਢੀਲਾ, ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਢੀਲਾ। ਆਪਾਂ ਭਾਵ ਤਿਆਗ ਕੇ ਆਪਣਾ ਆਪ ਸਰੈਂਡਰ ਕਰਕੇ ਨਾਮ ਜਪਣੇ ਗੁਰਸਿੱਖਾਂ ਦੇ, ਜਿਹੜੇ ਕੇਵਲ ਸ਼ਬਦ ਲੀਨ ਹਨ, ਜਿਹੜਾ ਭਲਾ ਜਿਹੜੀ ਭਲੀ ਬਿਰਤੀ ਹੈ, ਜਿਹਨਾਂ ਦੀ ਸੰਗਤ ਸੱਚੀ ਵੈਸਕ ਤੇ ਨਾ ਸੰਗ, ਜਿਨ ਸੰਗ ਜਪੀਏ ਨਾਮ, ਕੇਵਲ ਨਾਮ ਉਹਾਂ ਜਪੀਏ ਕੇਵਲ ਨਾਮ। ਇਹ ਕੇਵਲ ਕਿਉਂ ਓਨਲੀ ਕਿਉਂ ਕਿਹਾ? ਕਿਉਂ ਉੱਥੇ ਨਾਲ ਹੰਕਾਰੀ ਨਹੀਂ ਹੈ, ਉੱਥੇ ਨਾਲ ਬੈਰ ਨਹੀਂ ਹੈ, ਉੱਥੇ ਨਾਲ ਗੋਦ ਓਨਲੀ, ਕਿਉਂਕਿ ਲਾਈਟ ਦੇ ਵਿੱਚ ਅੰਧੇਰਾ ਹੈ ਹੀ ਨਹੀਂ, ਇਹ ਲੌਜਿਕ ਹੈ। ਦੋ ਵਾਰੀ ਕਿੰਨ ਚੈਲੰਜ ਦਾ ਉਹ ਲੌਜਿਕ ਨੂੰ, ਰੂਹਾਨੀ ਦਾ ਅੰਦਰ ਦਾ ਆਨੰਦ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਬਾਹਰੋਂ ਸੁੱਚਾ ਹੋਣਾ ਚਾਹੀਦਾ, ਸੱਚਾ ਹੋਣਾ ਚਾਹੀਦਾ। ਲੋਕ ਪਤੀਣੇ ਖੁਸ਼ ਨਾ ਹੋਵੇ, ਨਾ ਹੀ ਰਾਮ ਆਉਣਾ, ਵਾਹਿਗੁਰੂ ਆਉਣਾ ਨਹੀਂ, ਉਹ ਜਾਣਦਾ ਸਾਡੀ ਗੱਲ ਨੂੰ ਕਿੱਥੇ ਹੈ। ਲੋਕ ਵਡਿਆਈ ਕਰ ਸਕਦੇ ਵਡਿਆਈਆਂ, ਪਰ ਮਹਾਰਾਜ ਨੇ ਇਹ ਵੀ ਕੰਡੈਮ ਕੀਤਾ ਹੈ, ਲੋਕ ਨੇ ਕਿਹਾ ਵਡਿਆਈਆਂ ਕਬਨੇ ਆਵੇ ਕਾਮ। ਉਹ ਮਿੱਤਰੋ ਤੁਹਾਨੂੰ ਲੋਕ ਸਲਾਹ ਦੇਣ, ਮੱਲੇ ਵਾਲੇ ਕਰ ਦੇਣ ਗੁਰੂ ਕੀ ਸਾਧਨ, ਇਹ ਸਾਰਿਆਂ ਸੰਤ ਜਿਹਨਾਂ ਦਾ ਸਿਮਰਨ ਹੈ, ਉਹਨਾਂ ਨੂੰ ਸਿਮਰਨ ਦੇ ਵੀ ਨਾਲ ਹੋਮ ਨਹੀਂ ਹੋਣੀ ਚਾਹੀਦੀ। ਅਸੀਂ ਹੈ ਵੀ ਆਰ ਨੋਟ ਸੁਪਰ, ਅਸੀਂ ਉੱਚੇ ਨਹੀਂ। ਸੁਪਰ ਤਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਜੀ ਸੁਪਰ ਨੇ, ਅਤੇ ਜਦੋਂ ਸੁਪਰ ਨੇ, ਸੁਪਰ ਦੇ ਕੋਲ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਸੋਚਦੇ ਨੇ, ਫਿਰ ਪ੍ਰਵਾਨ ਨਹੀਂ ਚੜਾਂਗੇ, ਨਾ ਹੀ ਰਾਮ ਹੀ ਆਉਣਾ, ਪ੍ਰਵਾਨ ਨਹੀਂ ਚੜਾਂਗੇ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੇ ਸ਼ਾਂਤ। ਉਹਦਾ ਰਿਜ਼ਲਟ ਵੀ ਹੈ ਸੁੱਖ, ਸਾਰਾ ਸੰਸਾਰ ਅਸੀਂ ਸਾਰੇ ਸੁੱਖ ਨਾਲ ਭੰਜੇ ਹਾਂ, ਪਰ ਸੁੱਖ ਕਿਹੜਾ ਹੈ? ਸੁੱਖ ਨਾ ਹੀ ਬਹੁਤ ਹੈ ਧਨ ਘੱਟ ਹੈ, ਸੁੱਖ ਨਾ ਹੀ ਪੇਖੇ ਨਿਰਤ ਨੱਟ ਹੈ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਫਿਰ ਸੁੱਖ ਹੈ ਕਿੱਥੇ? ਸਰਬ ਸੁੱਖਾਂ ਹਰ ਹਰ ਗੁਣ ਗੁਣ। ਆਹ ਸਮਾਂ ਜਿਹੜਾ ਅਸੀਂ, ਇਹ ਓਪਰਚੁਨਿਟੀ ਜਿਹੜੀ ਅਸੀਂ ਅਵੇਲ ਕਰ ਰਹੇ ਹਾਂ, ਇਹਦੇ ਵਿੱਚ ਸੁੱਖ, ਪੂਰਨ ਵਿਸ਼ਵਾਸ, ਪੂਰਨ ਸ਼ਰਧਾ, ਹਰ ਗੁਣ ਗਾਵੋ ਸਦਾ ਸਪਾਈ, ਮਨ ਚਿੰਦੇ ਸਗਲੇ ਫਲ ਪਾਵਾਓ, ਜੀ ਕੇ ਸੰਗ ਸਾਜ। ਪ੍ਰੇਮ 'ਚ, ਭਾਵਨਾ 'ਚ, ਸ਼ਰਧਾ 'ਚ ਭਰੋਸਾ, ਗੁਰੂ ਗ੍ਰੰਥ ਸਾਹਿਬ ਦੇ ਪੂਰਾ ਬਾਣੀ 'ਤੇ ਪੂਰਾ, ਬਾਣੀ ਦੇ ਬਚਨਾਂ 'ਤੇ ਪੂਰਾ ਭਰੋਸਾ, ਖਾਲਸਾ ਜੀ ਹੋਏਗਾ ਸਾਡੇ ਅੰਡ, ਫੀਰ ਮਹਾਰਾਜ ਜੀ ਸੁਖ ਸਹਿਜ ਮਨ ਆਵੇ ਸ਼ਾਂਤ। ਇਹ ਅਸਲੀ ਸੁੱਖ, ਧਨ ਦੀ ਲੋੜ ਹੈ, ਇਹਦੀ ਜ਼ਰੂਰਤ ਹੈ, ਮਹਾਰਾਜ ਸਭ ਨੂੰ ਦੇਵੇ, ਪਰ ਨਾਮ ਧਨ ਵੀ ਮਿਲੇ ਗੁਰੂ ਕੇ ਸਾਥ। ਗੁਰੂ ਵਾਲੇ ਵੀ ਬਣਨਾ, ਗੁਰੂ ਕੇ ਨ ਗੁਰੇ ਕਾ ਨਾਮ ਗੁਰ, ਸਤਿਗੁਰ ਬਾਝੋ ਗੁਰ ਨੇ ਕੋਈ, ਨਗੁਰੇ ਕਾ ਨਾਮ ਗੁਰਾਂ ਗੁਰੂ, ਨਗੁਰੇਪਣ ਦੀ ਝੂਠ ਨੂੰ ਲਾ ਕੇ ਗੁਰ ਸ਼ਬਦ ਅਨੁਸਾਰ ਚੱਲਦਾ, ਗੁਰੂ ਉਪਦੇਸ਼ ਅਨੁਸਾਰ ਚੱਲਦਾ, ਭਲਾ ਮੰਗਦਾ, ਜਿਹੜੀ ਅਰਦਾਸ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਕਦੀ ਸੋਚਿਆ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਹੈ ਕਿਸੇ ਦਾ ਵੀ ਨਹੀਂ ਬੁਰਾ ਉੱਥੇ। ਆਮ ਗੁਰੂ ਘਰਾਂ 'ਚ, ਆਮ ਲੋਕਾਂ 'ਚ ਇਹ ਬਦਬੂ ਪ੍ਰੈਕਟੀਕਲ ਨਜ਼ਰ ਆਉਂਦੀ ਹੈ, ਪਰ ਨਹੀਂ, ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਵਾਨ ਨਹੀਂ ਹੈ। ਗੁਰੂ ਖਾਲਸਾ ਜੀ, ਵੀ ਸ਼ੁੱਡ ਵੀ ਫੇਅਰ ਇੰਟਰਨਲੀ ਐਂਡ ਐਕਸਟਰਨਲੀ ਬੋਥ, ਦੋਨੋਂ ਅੰਦਰੋਂ ਬਾਹਰੋਂ ਸਾਨੂੰ ਬੜਾ ਜੁੜਨਾ ਚਾਹੀਦਾ, ਔਰ ਗੁਰੂ ਦੇ ਬਚਨ ਕਮਾਉਣੇ ਚਾਹੀਦੇ। ਫਿਰ ਜਿਹੜਾ ਗੁਰੂ ਕੀ ਸੇਵਾ ਕਰੋ ਦਿਨ ਰਾਤ,
सुख सहज मन आवे सा सहज अडोलता शांति सारा संसार पीस लभदा पे। पर वो जदों से नाम जपांगे गुरु वाले बन के बाणी पढ़ांगे शब्द गुरु है अदे लगांगे उन्होंने ना जुड़े हुए गुरसिखा दी गुरु प्यारियां दी गुरु की साथ संगत संगत करांगे फिर गुरु की सेवा करो दिन रात सुख सहज मन आवे शांत सतगुरु की रेन बड़पागी पावे नानक गुरु पाओ सद बल जावे। गुरु के बलिहारे जाइए गुरु ग्रंथ साहब के बलिहारे जाइए बलिहारे जाना अपने आप सरेंडर करके गुरु के बचना कमाना दर्शन करने सतगुरु की शरण में आना अपना पराया छड़ के तुहाडी संगत साडी संगत साडे संप्रदाय नहीं इको गुरु ग्रंथ साहब सारिया के नहीं लाइट के कोई डिस्क्रिमिनेशन नहीं गुरु इज लाइट शब्द लाइट है इस करके शब्द न जुड़ना शब्द ही चरण है हिरदय चरण चरण शब्द सतगुरु को नानक बंध उपाल रील संचे शब्द इन्हों बसाना बाणी सुननी बाणी पढ़नी नाम जपना जिथे सतगुरु की गुरु की गुरपुरे की बाणी आप सुनी तो आप बखाणी महाराज ने आप सुनिया आप उच्चारण किया सानू भी है हमारी प्यारी अमृतारी गुरु निमक न मन तारी दर्शन परसन सरसन हरसन रंग रंगी करतारी ये बाणी निरंकार दे रंग भिजी हुई है गुरु के साथ जे असि भी जुड़ जाओगे असि भी उस रंग में जुड़ जाए सानू चाहिए इतने आने का ये जो गुरमुख रंग होंगे प्यार प्यार किसी का बाणी का प्यार शब्द का प्यार अकाल नाम का असि प्यार लगे मन की मत गवा के गुरमत केवल गुरबाणी है इतो सही सेहत मिलती गुरु की साथ चढ़ती कला जाके नाम जपिए सेवा करिए दर्शन करिए लोड़ीदा है फिर गुरु की सेवा शब्द विचार ओम में मारे करनी सार कली सेवा सिमरन भी करना है कली शब्द की विचार भी करनी उपदेश सुनना गुरमुखा की रचना से जेडे बंदगी वाले ने जेडे गुरमत अनुसार चलने वाले ने जेडे बेप्रवाह ने गुरु महाराज ने तड़क ने अंदरों बाहरों निर्मल ने उन्होंने प्यारियों की जो संगत करेंगे खालसा जी फिर चढ़ती कला चल फिर किसी को मंगना नहीं पैंदा जो फुल फुलावर के कोल जाओ दी फ्रैगरेंस सानू मंगनी नहीं पेगी ऑटोमैटिकली सानू मिल जाएगी ये लॉजिक है इस करके सानू जो गुरु ग्रंथ साहब के प्यार इतना दूरों नेड़े चल के आनंद ना बैठ के सिमरन करो पर एक दो तीन दिन चार दिन नहीं जिते भी घर च बैठे जिस संगत करो गरीब ना किसी का हक ना खाओ किसी को तंग ना करो किसी को मंदा ना करो मिठा बोलो प्यार आके गुरबाणी का रस आएगा तो अंदर रूहानी का रस शुरू होएगा गुरु जिते बहर ये तैयारी करांगे तो अंदरों भी बड़ा आनंद है जिन्होंने रस माने वो एक्सप्लेन नहीं किया जा सकता अपने आप मिलेगा गुरु के साथ इस करके गुरु खालसा जी सतगुरु ने बड़ी मेहर की सानू सारे नू लगातार कई दिन तो समागम चल रहे ने गुरु महाराज बेअंत संगत ने अखंड पाठ सुनिया गुरु के साथ किन्ने 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 सारे सवेर तक लगातार संगत ने लाइना बन के जिदा हूँ आ रहे ने इवें बाणी ने सुनिया बड़ा रंग माणिया बाणी ने सुन का बड़ा फल है गुरु के साथ जो गुरु अर्जन देव जी ने आप प्यार किया सुने अपने मन मन तो मोमेंट भी इधर उधर दूर नहीं किया सानू ताई चढ़ती कला मिलेगी जो असी पूर्ण विश्वास करके गुरु ग्रंथ साहब से भरोसा करके जुड़ जाएंगे और जुड़िया की संगत करेंगे शरीर नाल जुड़न वाले नहीं आ गुरमुख जड़े बंदगी लो शरीर नहीं होंगे भी भुलेखा वो शब्द ही जोड़े शब्द ना लीन हो जाते हैं इस करके महाराज कहते हैं कि धूड़ नानक दास वंश है जिन हर नाम हृदय परोई जिन्होंने हृदय च नाम परोया जिन्होंने प्यार किया जिन्होंने दूजा है ही कोई नहीं दूजा कोई नहीं श्री महाराज केवल करतार के रंग में करतार ननकारी बाणी को समझिया जुड़िया यकीन जाड़ो अज जिमें तुसी आयो आई कैन से विद प्राउड गुरु ग्रंथ साहब जी साढ़े पूरे गुरु ने और तुहानू सानू मेरे समेत कोई खाली नहीं भेजणगे गुरु की साथ
ਇਹ ਪੂਰਾ ਪ੍ਰਸੰਗ ਨਹੀਂ ਜਾਣਾ ਤੁਸੀਂ ਵਹਿਮਾਂ ਭਰਮਾਂ 'ਚ, ਨਹੀਂ ਜਾਣਾ ਕਬਰਾਂ 'ਤੇ ਗੁਰੂ ਕੀ ਸਾਧਸੰਗ, ਨਹੀਂ ਜਾਣਾ ਪੰਡਤਾਂ ਕੋਲ, ਨਹੀਂ ਜਾਣਾ ਪੱਤਰ, ਕੇਵਲ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣੋ, ਬਾਣੀ ਨੂੰ ਪੜ੍ਹੋ, ਗਰੀਬ ਨਾਲ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨਗੇ। ਬਹੁਤ ਰਣੀਆਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤ ਬੰਦਾ ਹੈ, ਸਾਡੇ ਪੂਜਨਕ ਗ੍ਰੀ ਗੁਰੂ ਚਰਨਾਂ ਜੋ ਦੇਸ਼ ਸਭ ਦੇਸ਼ਾਂ ਪ੍ਰਚਾਰ ਕਰਦੇ ਨੇ, ਜਿਹੜੇ ਆਪ ਜਿੱਥੇ ਕਮਾਈ ਕਰਦੇ ਨੇ ਦੂਜੇ ਨੂੰ ਪ੍ਰੇਰਨਾ ਦਿੰਦੇ। ਮੇਰੇ ਕਹਿਣ ਤੋਂ ਮਰਾ ਸੰਤ ਬਾਬਾ ਗਿਆਨ ਬਾਬਾ ਜੀ ਹਰੀ ਸਿੰਘ ਜੀ ਰੰਧਾਵੇ ਵਾਲੇ, ਅਤੇ ਨਾਲ ਬਾਬਾ ਜੀ ਆਪਣੇ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ, ਬਾਬਾ ਜੀ ਗੁਰਦੇਵ ਸਿੰਘ ਜੀ ਬਨੂੜ ਵਾਲੇ, ਸਾਰੇ ਸੰਗਤਾਂ ਉਹਨਾਂ ਨੂੰ ਜੀ ਆਇਆਂ ਜੀ ਆਇਆਂ, ਕਦਮ ਸਰਦੇ ਗੁਰੂ ਕੇ ਕੀਰਤਨੀਆਂ ਨੂੰ ਜੀ ਆਇਆਂ, ਸਭ ਨੂੰ ਜੀ ਆਇਆਂ, ਬਹੁਤ ਬਹੁਤ ਧੰਨਵਾਦ, ਅਸੀਸਾਂ ਜਾਣੀਆਂ। ਆਓ ਇਹ ਸ਼ਬਦ ਉਚਾਰਨ ਸੁਣ ਕੇ ਫਿਰ ਸਮਾਪਤੀ ਹੈ, ਫਿਰ ਆਪ ਜੋਲ ਸਾਹਿਬ ਆਪ ਉਚਾਰਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ। ਪਰ ਇੰਨੀ ਗੱਲ ਜ਼ਰੂਰ ਕਹਾਂਗੇ, ਕੱਲ੍ਹ ਸ਼ਾਮ ਨੂੰ ਵੀ ਬਹੁਤ ਵੱਡਾ ਪ੍ਰੋਗਰਾਮ ਹੈ, ਬੇਅੰਤ ਸੰਗਤਾਂ ਨੇ ਰਾਤ ਨੂੰ ਸਾਰੀ ਰਾਤ ਦਾ ਕੀਰਤਨ ਗੁਰਮਤਿ ਸਮਾਗਮ ਹੈ, ਗੁਰੂ ਕੇ ਕੀਰਤਨੇ ਮਹਾਂਪੁਰਖ ਦੇ ਭਜਨ ਸੁਣ ਕੇ ਲਾਹੇ ਲੈਣ ਦਾ ਯਤਨ ਕਰਨਾ ਜੀ, ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ 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 ਵਾਹਿਗੁਰੂ